ਹੈਲੋ ਸਟੂਡੈਂਟ, ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਆਰ ਐਚ ਸਟੱਡੀ ਦੇ ਵਿੱਚ। ਤੋ ਆਪਣੀ ਕਲਾਸਾਂ ਸੀ ਜਿਹੜੀ ਆਪਾਂ ਲਗਾਤਾਰ ਪੰਜਾਬੀ ਦੇ ਨਾਲ ਕਰ ਰਹੇ ਸੀਗੇ, ਜਿਸ ਦੇ ਵਿੱਚ ਆਪਾਂ ਸ਼ਾਰਟ ਵੀ ਦੇ ਨਾਲ ਚੱਲ ਰਹੀ ਸੀ ਲਗਾਤਾਰ। ਸੋ ਆਓ ਬਈ, ਅੱਜ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਨੈਕਸਟ ਕਲਾਸ, ਜਿਸ ਦੇ ਵਿੱਚ ਅੱਜ ਆਪਾਂ ਕਰਾਂਗੇ ਨਜ਼ਮ ਬਾਰੇ, ਨਜ਼ਮ ਅਤੇ ਸ਼ੇਅਰ ਬਾਰੇ, ਦੋ ਚੀਜ਼ਾਂ ਬਾਰੇ ਕਰਾਂਗੇ ਆਪਾਂ। ਸੋ ਜੇਕਰ ਚੈਨਲ ਦੇ ਉੱਪਰ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਆਪਾਂ ਨਵੀਂ ਅਪਡੇਟ ਲੈ ਕੇ ਆ ਰਹੇ ਹਾਂ ਸਭ ਤੱਕ ਪਹੁੰਚ ਸਕੀ। ਤਾਂ ਆਓ ਸਟਾਰਟ ਕਰੀਏ ਆਪਣਾ ਇਹਦਾ ਨੈਕਸਟ ਲੈਕਚਰ। ਅੱਜ ਆਪਾਂ ਗੱਲ ਕਰਾਂਗੇ ਨਜ਼ਮ ਬਾਰੇ। ਨਜ਼ਮ ਨਜ਼ਮ ਕੀ ਹੁੰਦੀ ਹੈ? ਨਜ਼ਮ ਕਹਿੰਦੇ ਅਰਬੀ ਸ਼ਬਦ ਹੈ ਜਿਸ ਦਾ ਅਰਥ ਹੈ ਮੋਤੀਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਣਾ। ਇਹ ਜਿਹੜੇ ਆਮ ਤੌਰ ਤੇ ਚੀਜ਼ਾਂ ਨੇ ਆਪਾਂ ਨੂੰ ਖਾਸ ਤੌਰ ਤੇ ਮਾਸਟਰ ਕਿਡ, ਪੰਜਾਬੀ ਨੈਟ ਜਾਂ ਪੰਜਾਬ ਦਾ ਕੋਈ ਵੀ ਇਗਜ਼ਾਮ ਆ ਨਾ, ਜਿਹਦੇ ਵਿੱਚ 50 ਨੰਬਰ ਦੀ ਪੰਜਾਬੀ ਤੁਹਾਡੀ ਲਾਜ਼ਮੀ ਹੈ, ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਵੇਖਣ ਨੂੰ ਮਿਲਦੀਆਂ ਨੇ। ਸੋ ਆਪਾਂ ਉਹਨਾਂ ਬਾਰੇ ਡਿਟੇਲ ਦੇ ਵਿੱਚ ਕਰ ਰਹੇ ਹਾਂ, ਉਹ ਵੀ ਸ਼ਾਰਟ ਵੇ ਦੇ ਨਾਲ, ਠੀਕ ਹੈ ਬਈ। ਸੋ ਨਜ਼ਮ ਕਹਿੰਦੇ ਇੱਕ ਅਰਬੀ ਸ਼ਬਦ ਹੈ ਜਿਹਦਾ ਅਰਥ ਹੈ ਮੋਤੀਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਣਾ। ਕਾਵਿ ਖੇਤਰ ਦੇ ਵਿੱਚ ਨਜ਼ਮ ਦੇ ਕਿ ਜਿਹੜੇ ਅਰਥ ਹਨ, ਉਹ ਵਿਚਾਰਾਂ ਨੂੰ ਇੱਕ ਖਾਸ ਵਜ਼ਨ ਵਿੱਚ ਤਰਤੀਬ ਦੇਣਾ ਹੈ। ਜੇਕਰ ਆਪਾਂ ਕਾਵਿ ਖੇਤਰ ਦੇ ਵਿੱਚ ਨਜ਼ਮ ਦੇ ਸਹੀ ਅਰਥ ਦੱਸਣੇ ਨੇ, ਤਾਂ ਉਹ ਅਰਥ ਕੀ ਹੁੰਦੇ ਨੇ ਕਿ ਵਿਚਾਰਾਂ ਨੂੰ ਇੱਕ ਖਾਸ ਵਜ਼ਨ ਦੇ ਵਿੱਚ ਤਰਤੀਬ ਦੇਣਾ। ਦੂਸਰੇ ਅਰਥਾਂ ਦੇ ਵਿੱਚ ਹਰ ਕਵਿਤਾ ਨਜ਼ਮ ਹੈ। ਜੇਕਰ ਆਪਾਂ ਦੂਸਰੇ ਅਰਥਾਂ ਦੇ ਵਿੱਚ ਦੇਖੀਏ, ਕਹਿੰਦੇ ਜਿਹੜੀ ਹਰ ਇੱਕ ਕਵਿਤਾ ਕੀ ਉਹ ਨਜ਼ਮ ਹੀ ਹੁੰਦੀ ਹੈ। ਅਰਬੀ, ਫਾਰਸੀ, ਉਰਦੂ ਵਿੱਚ ਮਜ਼ਮੂਨ ਦੇ ਲਿਹਾਜ਼ ਨਾਲ ਨਜ਼ਮ ਦੇ ਕਈ ਭੇਦ ਹਨ, ਜਿਵੇਂ ਕਿ ਇਸ਼ਕੀਆ, ਰਮਜੀਆ ਤੇ ਮਜਾਈਆ। ਕਹਿੰਦੇ ਜਿਹੜੇ ਨਜ਼ਮ ਦੇ ਕਈ ਜਿਹੜੇ ਭੇਦ ਮੰਨੇ ਜਾਂਦੇ ਨੇ, ਇਸ਼ਕੀਆ, ਰਮਜੀਆ ਤੇ ਮਜਾਈਆ, ਇਹ ਆਮ ਤੌਰ ਤੇ ਆਪਾਂ ਨੂੰ ਵੇਖਣ ਦੇ ਵਿੱਚ ਮਿਲਦੇ ਨੇ। ਤੇ ਉਸ ਤੋਂ ਇਲਾਵਾ ਰੂਪ ਦੇ ਪੱਖ ਤੋਂ ਜੇ ਇਹਦੇ ਭੇਦਾਂ ਦੀ ਗੱਲ ਕਰੀਏ, ਜਿਵੇਂ ਕਿ ਬੈਂਤ ਹੋ ਗਏ, ਗਜ਼ਲ, ਮੁਸਲਮ, ਮਖਸਸ ਤੇ ਮਸਨਵੀ, ਇਹ ਆਦਿ ਨੇ ਰੂਪ ਦੇ ਪੱਖ ਤੋਂ, ਠੀਕ ਹੈ ਬਈ। ਸੋ ਇਹ ਸੀ ਆਪਣਾ ਛੋਟਾ ਜਿਹਾ ਟੌਪਿਕ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਸ਼ੇਅਰ ਦੀ, ਕਿ ਸ਼ੇਅਰ ਕੀ ਹੁੰਦਾ ਹੈ। ਸ਼ੇਅਰ ਕਹਿੰਦੇ ਅਰਬੀ ਦਾ ਸ਼ਬਦ ਹੈ, ਜਿਸ ਤਰ੍ਹਾਂ ਨਜ਼ਮ ਵੀ ਇੱਕ ਅਰਬੀ ਦਾ ਸ਼ਬਦ ਸੀਗਾ, ਇਹ ਵੀ ਇੱਕ ਅਰਬੀ ਦਾ ਸ਼ਬਦ ਹੈ, ਜਿਹਦੇ ਅਰਥ ਕੀ ਨੇ, ਦਰਿਆਫਤ ਅਥਵਾ ਗਿਆਨ, ਦਰਿਆਫਤ ਅਥਵਾ ਗਿਆਨ। ਹੁਣ ਦਰਿਆਫਤ ਦੇ ਆਪਾਂ ਨੂੰ ਇੱਕ ਨਵਾਂ ਸ਼ਬਦ ਦੇਖਣ ਨੂੰ ਮਿਲਦਾ ਹੈ ਨਾ, ਦਰਿਆਫਤ ਦਾ ਮਤਲਬ ਕੀ ਹੁੰਦਾ? ਗਿਆਨ। ਰਚਨਾ ਸਾਹਿਤ ਵਿੱਚ ਕਹਿੰਦੇ ਇਸ ਤੋਂ ਭਾਵ ਇੱਕ ਅਜਿਹੀ ਰਚਨਾ ਤੋਂ ਹੈ ਜਿਸ ਵਿੱਚ ਖਿਆਲ, ਜਜ਼ਬਾ, ਕਲਪਨਾ ਅਤੇ ਤਾਲ ਕਿਸੇ ਪ੍ਰਕਾਰ ਦੇ ਵਜ਼ਨ ਤੋਲ ਦਾ ਸੁਮੇਲ ਹੋਵੇ। ਜੇਕਰ ਆਪਾਂ ਰਚਨਾ ਸਾਹਿਤ ਦੇ ਵਿੱਚ ਇਹਦੀ ਭਾਵਨਾ ਹੈਗੀ ਜਿਹੜੀ, ਉਹਨੂੰ ਆਪਾਂ ਗੱਲ ਕਰਦੇ, ਉਹ ਕੀ ਹੁੰਦੀ ਹੈ? ਤਾਂ ਇਹਦੇ ਵਿੱਚ ਕਹਿੰਦੇ ਇੱਕ ਖਿਆਲ ਹੁੰਦਾ, ਜਜ਼ਬਾ ਹੁੰਦਾ, ਕਲਪਨਾ ਹੁੰਦੀ ਹੈ ਤੇ ਤਾਲ ਹੈ ਤੇ ਕਿਸੇ ਪ੍ਰਕਾਰ ਦੇ ਵਜ਼ਨ ਤੋਲ ਦਾ ਸੁਮੇਲ ਹੁੰਦਾ ਗਾ। ਇਸ ਤਰ੍ਹਾਂ ਦੇ ਵਿਚਾਰ ਪੇਸ਼ ਕਰਨ ਵਾਲਾ ਮਨੁੱਖ ਸ਼ਾਇਰ ਅਖਵਾਉਂਦਾ। ਤੇ ਜਿਹੜਾ ਕੋਈ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕਰਦਾ ਮਨੁੱਖ ਕਿਸੇ ਦੇ ਸਾਹਮਣੇ ਰੱਖਦਾ, ਤਾਂ ਉਹ ਕੀ ਅਖਵਾਉਂਦੇ ਨੇ? ਸ਼ਾਇਰ ਅਖਵਾਉਂਦੇ ਨੇ, ਹੁੰਦਾ ਨਾ ਕਿ ਜਿਹੜੇ ਬੰਦੇ ਜ਼ਿਆਦਾ ਸ਼ਾਇਰ, ਉਹ ਸ਼ਾਇਰੀ ਕਰਦੇ ਨੇ, ਉਹਨਾਂ ਨੂੰ ਕੀ ਬੋਲਦੇ ਨੇ? ਸ਼ਾਇਰ ਬੋਲਦੇ ਨੇ। ਇਸ ਤੋਂ ਇਲਾਵਾ ਸੰਸਾਰ ਕਹਿੰਦੇ ਸੰਸਾਰ ਭਰ ਦੇ ਜਿਹੜਾ ਪੁਰਾਤਨ ਸਾਹਿਤ ਹੈ, ਵਧੇਰੇ ਕਰਕੇ ਕਵਿਤਾ ਅਤੇ ਸ਼ੇਰਾਂ ਦੇ ਵਿੱਚ ਹੀ ਮਿਲਦਾ। ਹੁਣ ਜੇਕਰ ਆਪਾਂ ਸੰਸਾਰ ਭਰ ਦੇ ਪੁਰਾਤਨ ਸਾਹਿਤ ਦੀ ਗੱਲ ਕਰੀਏ, ਪੁਰਾਣੇ ਦੀ, ਤਾਂ ਉਹ ਕਵਿਤਾਵਾਂ ਅਤੇ ਸ਼ੇਰਾਂ ਦੇ ਵਿੱਚ ਹੀ ਮਿਲਦਾ, ਠੀਕ ਹੈ ਬਈ। ਸੋ ਇਹ ਸੀ ਆਪਣੇ ਦੋ ਛੋਟੇ ਛੋਟੇ ਜਿਹੇ ਟੌਪਿਕ। ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਆਪਾਂ ਸ਼ਾਰਟ ਵੇ ਦੇ ਨਾਲ ਚੱਲਾਂਗੇ, ਕਿ ਜਿਹਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਆਪਾਂ ਜ਼ਿਆਦਾ ਚੀਜ਼ ਸਿੱਖ ਸਕੀਏ ਨਾ, ਕਿਉਂਕਿ ਜਿਹੜੀ ਜ਼ਿਆਦਾ ਵੱਡੀ ਕਲਾਸ ਹੁੰਦੀ ਹੈ ਉਹ ਵੀ ਬੋਰਿੰਗ ਜੀ ਹੋ ਜਾਂਦੀ ਹੈ ਉਹ, ਤੇ ਅੱਜ ਕੱਲ੍ਹ ਸਟੂਡੈਂਟ ਉਹ ਦੇਖਦੇ ਵੀ ਨਹੀਂ। ਸੋ ਇਹ ਸੀ ਆਪਣੇ ਦੇ ਦੋ ਟੌਪਿਕ, ਨਜ਼ਮ ਅਤੇ ਸ਼ੇਅਰ। ਜੇਕਰ ਕਲਾਸ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਨਾ।
ਸੋ ਥੈਂਕ ਯੂ, ਟੇਕ ਕੇਅਰ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।